कल नूं मशहूर गायक सिद्धू मूसेवाला की बरसी जिहड़ी हैगी है वह मनाई जा रही है। वड्डी गिणती विच लोकां दे इत्थे पहुंचण की उम्मीद जिहड़ी हैगी है वह जताई जा रही है। इस वक्त असी पिंड जवाहर के विच मौजूद हाँ जिथे कि बेरहमी नाल गोलियां मार के दिन दिहाड़े उन्हां दी हत्या कर दी गई सीगी। तां सब तों पहले तस्वीर तुहानूं दिखा दिंदे, सामने दीवार ते वेखोगे तुहानूं इत्थे गोलियां दे निशान नज़र आणगे जिहड़े कि हुण तक भी ज्यौंदे त्यों मौजूद ने। ਤਾਂ ਇਸ ਦੇ ਨਾਲ ਜੇਕਰ ਗੱਲਬਾਤ ਕੀਤੀ ਜਾਵੇ ਇੱਥੇ ਆਉਣ ਵਾਲੇ ਲੋਕਾਂ ਦੀ ਤਾਂ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਦੀ ਤਰ੍ਹਾਂ ਇੱਥੇ ਪਹੁੰਚਦੇ ਨੇ ਅਤੇ ਇਸ ਜਗ੍ਹਾ ਦੇ ਉੱਤੇ ਜਿਹੜੇ ਨੇ ਆਪਣੇ ਸ਼ਰਧਾ ਦੇ ਸੁਮਨ ਜਿਹੜੇ ਨੇ ਉਹ ਅਰਪਿਤ ਵੀ ਕਰਦੇ ਨੇ, ਕਿਉਂਕਿ ਸਿੱਧੂ ਮੂਸੇਵਾਲਾ ਨੇ ਇਕੱਲੇ ਪੰਜਾਬ ਦਾ ਹੀ ਨਹੀਂ ਦੇਸ਼ ਦਾ ਵੀ ਨਾਮ ਵਿਦੇਸ਼ਾਂ ਵਿੱਚ ਰੋਸ਼ਨ ਕੀਤਾ, ਅਜਿਹੇ ਕਲਾਕਾਰ ਹੋ ਰਹੇ ਨੇ। ਤਾਂ ਗੱਲਬਾਤ ਕੀਤੀ ਜਾਵੇ ਹੋਰ ਥਾਵਾਂ 'ਤੇ, ਤਾਂ ਬਿਲਕੁਲ ਸੜਕ 'ਤੇ ਗੱਲਬਾਤ ਕਰੀਏ ਤਾਂ ਆਪਾਂ ਤੁਹਾਨੂੰ ਸਕੇਅਰ ਇੱਥੇ ਤੁਹਾਨੂੰ ਦਿਖਾ ਦਿੰਦੇ ਹਾਂ। ਇੱਕ ਸਕੇਅਰ ਬਣਾਇਆ ਗਿਆ ਜਿਸ ਵਿੱਚ ਕਿ इस जगह उत्ते गोलियां दे निशान जिहड़े ने तुसीं वेखे जा सकदे ने। एक डब्बा बना दिता गया ताकि इह उह जगह है जिथे कि प्रोपर तरीके नाल जिहड़ी घटना हैगी उह वापरदी है। इस जगह दे उत्ते गोलियां मार के उहनां दा कतल कर दिता। तां कुछ लोग उहनां नूं इत्थे इस वक्त गलबात करिए तां बहुत लोग इत्थे पहुँचते भी ने गलबात करने। बई जी की नाम है जी? मेरा नाम देविंदर है। देविंदर जी कित्थों आए हो? देहरादून तों, उत्तराखंड। ਤੋਂ ਆਏ ਹੋ ਸਪੈਸ਼ਲ ਇਸੇ ਦਿਨ ਲਈ ਆਏ ਸੀ ਬਰਸੀ? ਹਾਂਜੀ ਹਾਂਜੀ, ਸਪੈਸ਼ਲ ਇੱਥੇ ਹੀ ਆਏ ਸੀ, ਸਿੱਧੂ ਬਾਈ ਦੀ ਬਰਸੀ 'ਤੇ ਆਏ ਸੀਗੇ ਅਸੀਂ। ਕੱਲ੍ਹ 19 ਤਰੀਕ ਨੂੰ ਉਹਨਾਂ ਦੀ ਬਰਸੀ ਆ, ਤਦ ਕੱਲ੍ਹ ਇਸ ਲਈ ਆਏ। ਬਹੁਤ ਕਮੀ ਮਹਿਸੂਸ ਹੋ ਰਹੀ ਹੈ ਅੱਜ ਉਹਨਾਂ ਦੀ? ਹਾਂ ਬਾਈ ਜੀ, ਬਸ ਉੱਦਾਂ ਹੀ ਆ, ਬਸ ਹੁਣ ਕੀ ਕਰ ਸਕਦੇ ਅਸੀਂ, ਜੋ ਹੁਣ ਭਾਣਾ ਵਾਪਰ ਗਿਆ ਹੁਣ ਉਹਦਾ ਤਾਂ ਕੋਈ ਉਹ ਨਹੀਂ ਆ, ਬਾਕੀ ਹੁਣ ਅੱਗੇ ਕੀ ਬੋਲੀਏ। ਬਸ ਕਿਹੜੇ ਗਾਣੇ ਜ਼ਿਆਦਾ ਪਸੰਦ ਕਰਦੇ ਸੀ ਉਹਨਾਂ ਦੇ ਸੁਣਨੇ? ਮੋਸਟਲੀ ਸਾਰੇ ਹੀ ਗਾਣੇ ਪਸੰਦ ਹੈ, ਜਿਹੜੇ ਸ਼ੁਰੂ ਤੋਂ ਲੈ ਕੇ ਆਖਰੀ ਤੱਕ ਅੱਜ ਤੱਕ ਜਿਹੜੇ ਆਏ ਆ, ਜਿਹੜੇ ਹੁਣ ਅੱਗੇ ਆਉਣਗੇ ਉਹ ਵੀ ਅਸੀਂ ਪਸੰਦ ਹੀ ਪਸੰਦ ਕਰਨ। ਕੱਲ੍ਹ ਬਹੁਤ ਵੱਡੀ ਗਿਣਤੀ ਵਿੱਚ ਲੋਕ ਪੁੱਛ ਰਹੇ ਨੇ, ਕੋਈ ਅਪੀਲ ਵੀ ਕਰਨਾ ਚਾਹੋਗੇ ਲੋਕਾਂ ਨੂੰ? ਬਸ ਜੀ ਕੀ ਅਪੀਲ ਹੈ, ਬਸ ਉਹੀ ਹੈ ਸਿੱਧੂ ਬਾਈ ਦੇ ਜਸਟਿਸ ਲਈ ਆਪਣੇ ਕੰਧੇ ਨਾਲ ਕੰਧਾ ਮਿਲਾ ਕੇ ਉਹਨਾਂ ਦੇ ਪੇਰੈਂਟਸ ਦੇ ਨਾਲ ਚੱਲਣ, ਹੈ ਨਾ। ਤੁਹਾਡੇ ਸਾਥੀ ਵੀ ਸਾਰੇ ਦੇਹਰਾਦੂਨ ਤੋਂ ਆਏ ਨੇ? ਨਹੀਂ ਜੀ, ਇੱਕ ਤਾਂ ਸਾਥੀ ਤਾਂ ਸਾਡਾ ਇੱਥੇ ਦਾ ਹੀ ਹੈ, ਤੁਹਾਡੇ ਲੋਕਲ ਮਾਨਸਾ ਦਾ ਹੀ ਆ, ਫਰੈਂਡ ਹੈ ਸਾਡਾ। ਇੱਕ ਹੈਗਾ ਤੁਹਾਡਾ ਗੁੜਗਾਉਂ ਤੋਂ, ਮੈਂ ਦੇਹਰਾਦੂਨ ਤੋਂ। ਤਾਂ ਬਿਲਕੁਲ ਇਹਨਾਂ ਦੀ ਗੱਡੀਆਂ ਵਿੱਚ ਵੀ ਜਿਹੜੀ ਸ਼ੁਰੂਆਤੀ ਗੱਲ ਕਰੀਏ ਤਾਂ ਆਪਾਂ ਸਿੱਧੂ ਮੂਸੇਵਾਲਾ ਦੀ ਫੋਟੋ ਜਿਹੜੀ ਹੈਗੀ ਹੈ ਵਿਚਾਲੇ ਲੱਗੀ ਹੋਈ ਨਜ਼ਰ ਆ ਜਾਏਗੀ। ਇੱਥੋਂ ਪਤਾ ਲੱਗਦਾ ਕਿ ਲੋਕਾਂ ਦੇ ਵਿੱਚ ਸਿੱਧੂ ਮੂਸੇਵਾਲਾ ਅੱਜ ਵੀ ਜਿਉਂਦੇ ਤਿਉਂ ਜਿੰਦਾ ਨੇ, ਜਿਉਂਦੇ ਤਿਉਂ ਉਹਨਾਂ ਦਿਲ ਵਿੱਚ ਅੱਜ ਵੀ ਉਹ ਤੜਕ ਰਹੇ ਨੇ। ਤਾਂ ਬਿਲਕੁਲ ਸਾਹਮਣੇ ਜੇਕਰ ਨਜ਼ਰ ਮਾਰੀਏ ਆਪਾਂ, ਇਹ ਉਹ ਰਸਤਾ ਹੈਗਾ ਜਿੱਥੋਂ ਕਿ ਸਿੱਧੂ ਮੂਸੇਵਾਲਾ ਦੀ ਗੱਡੀ ਜਿਹੜੀ ਹੈਗੀ ਹੈ ਇਸ ਪਾਸੇ ਨੂੰ ਆਉਂਦੀ ਹੈ ਅਤੇ ਇਸ ਜਗ੍ਹਾ ਦੇ ਉੱਤੇ ਇਹ ਪੂਰੀ ਘਟਨਾ ਜਿਹੜੀ ਵਾਪਰਦੀ ਹੈ ਜਿਸ ਵਿੱਚ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ। ਤਾਂ ਬਿਲਕੁਲ ਸਾਹਮਣੇ ਤੱਕ ਗੋਲੀਆਂ ਨਿਸ਼ਾਨ ਤੁਹਾਨੂੰ ਨਜ਼ਰ ਆਉਣਗੇ ਜਿੱਥੇ ਕਿ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਨੇ। ਤਾਂ ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਜਿੱਥੇ ਕਿ ਬਹੁਤ ਹੈਵੀ ਜਿਹੜੀ ਹੈਗੀ ਗੋਲੀਬਾਰੀ ਹੋਈ ਸੀ, ਉਸਦੇ ਨਿਸ਼ਾਨ ਜਿਹੜੇ ਨੇ ਹੁਣ ਤੱਕ ਮੌਜੂਦ ਨੇ। ਕਿਹਾ ਜਾਂਦਾ ਕਿ ਪਿੱਲਰ ਜਿਹੜੇ ਨੇ ਬਹੁਤ ਮਜ਼ਬੂਤ ਹੁੰਦੇ ਨੇ, ਪਰ ਇੱਥੇ ਤੁਹਾਨੂੰ ਨਜ਼ਰ ਆਵੇਗਾ ਕਿ ਗੋਲੀਆਂ ਜਿਹੜੀਆਂ ਨੇ ਕਾਫੀ ਡੂੰਘਾਈ ਤੱਕ ਜਿਹੜੀਆਂ ਨੇ ਪਿੱਲਰ ਦੇ ਅੰਦਰ ਤੱਕ ਗੋਲੀਆਂ ਜਿਹੜੀਆਂ ਨੇ ਉਹ ਗਈਆਂ ਹੋਈਆਂ ਨੇ। ਤਾਂ ਕਿਹਾ ਜਾ ਸਕਦਾ ਹੈ ਕਿ ਬਹੁਤ ਵੱਡਾ ਘਾਟਾ ਜਿਹੜਾ ਪਿਆ ਹੈ ਸੰਗੀਤ ਜਗਤ ਦੇ ਨਾਲ ਨਾਲ ਪਰਿਵਾਰ ਨੂੰ ਅਤੇ ਪੂਰੇ ਪੰਜਾਬ ਨੂੰ, ਕਿਉਂਕਿ ਪੰਜਾਬ ਨੂੰ ਰੀਪ੍ਰਜੈਂਟ ਵੀ ਕਰਦੇ ਸੀਗੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ। ਇਹ ਉਹ ਥਾਂ ਹੈਗੀ ਹੈ ਜਿੱਥੇ ਕਿ ਗੋਲੀਆਂ ਨਿਸ਼ਾਨ ਅੱਜ ਵੀ ਜਿਉਂਦੇ ਤਿਉਂ ਤੁਹਾਨੂੰ ਮੌਜੂਦ ਦਿਖਾਈ ਦੇਣਗੇ। ਵੇਖ ਸਕਦੇ ਹੋ ਆਰ ਪਾਰ ਗੋਲੀਆਂ ਜਿਹੜੀਆਂ ਨੇ ਇੱਥੇ ਤੁਹਾਨੂੰ ਨਿਕਲੀਆਂ ਹੋਈਆਂ ਦੇਖ ਸਕਦੇ ਹੋ। ਬਾਈ ਜੀ ਤੁਹਾਡਾ ਕੀ ਨਾਮ ਹੈ? ਗੁਰਜੀਤ ਸਿੰਘ ਜੀ। ਗੁਰਜੀਤ ਜੀ ਇੱਥੋਂ ਦੇ ਰਹਿਣ ਵਾਲੇ ਆ? ਆਹ ਜਗ੍ਹਾ ਜਿਹੜੀ ਮੂਸੇਵਾਲੇ ਨੂੰ ਮੈਂ ਦਾਨ ਕੀਤੀ ਹੈ, ਸਿੱਧੂ ਮੂਸੇਵਾਲੇ ਨੂੰ ਜੀ, ਉਹਦਾ ਸਟੈਚੂ ਆ ਗਿਆ ਇੱਥੇ, ਉਹ ਆ ਬਰਸੀ ਤੋਂ ਬਾਅਦ ਇੱਥੇ ਅਸੀਂ ਲਵਾ ਰਹੇ ਹਾਂ ਜੀ। ਆਹ ਪੂਰੀ ਥਾਂ ਉਹਨਾਂ ਦੇ ਨੂੰ 250 ਜਗ੍ਹਾ ਹੈ ਜਿਹਦੀ ਕੀਮਤ 7 ਲੱਖ ਰੁਪਇਆ ਜੀ, ਮੈਂ ਉਹਦੇ ਪਿਤਾ ਨੂੰ ਦਾਨ ਦੇ ਚੁੱਕਾ ਜੀ। ਇਹ ਮੰਦਿਰ ਵੀ ਨਾਲ ਸੀ, ਮੰਦਿਰ ਦੀ ਥਾਂ ਸੀਗੀ? ਨਹੀਂ ਇਹ ਮੰਦਿਰ ਦੀ ਨਹੀਂ, ਮੰਦਿਰ ਇੱਧਰ ਅੱਡ ਬਣਿਆ ਹੋਇਆ ਜੀ। ਇਹ ਜਗ੍ਹਾ ਸਾਡੀ ਆਪਦੀ ਜੱਦੀ ਜਗ੍ਹਾ ਜੀ, ਅਤੇ ਇਹ ਸਿੱਧੂ ਮੂਸੇਵਾਲੇ ਦੇ ਪਿਓ ਨੂੰ ਦਿੱਤੀ ਹੈ, ਇੱਥੇ ਦਾ ਸਟੈਚੂ ਲਵਾ ਰਹੇ ਹਾਂ ਜੀ। ਤਿਆਰ ਹੋ ਗਿਆ ਕਿ ਬਣ ਗਿਆ, ਅਤੇ ਹੁਣ ਅਸੀਂ ਅਗਲੇ ਮਹੀਨੇ ਇੱਥੇ ਸ਼ੁਰੂ ਕਰ ਦੇਵਾਂਗੇ ਜੀ। ਜਦੋਂ ਘਟਨਾ ਵਾਪਰਦੀ ਹੈ ਉਹ ਤੁਰੰਤ ਬਾਅਦ ਜਦੋਂ ਪਤਾ ਲੱਗਦਾ ਕਿ ਸਿੱਧੂ ਮੂਸੇਵਾਲਾ ਦਾ ਮਰਡਰ ਹੋ ਗਿਆ, ਉਸ ਦੌਰਾਨ ਹਾਲਾਤ ਕਿਹੋ ਜਿਹੇ ਬਣ ਗਏ ਸੀ? ਉਦੋਂ ਹਾਲਾਤ ਬਹੁਤ ਮਾੜੇ ਸੀ ਬਈ, ਅਤੇ
ਇੱਧਰੋਂ ਪਿੱਛੇ ਉਹਨਾਂ ਦਾ ਪਿੱਛਾ ਮਾਂਗਰੂ ਕੀਤਾ ਹੋਇਆ ਸੀ ਉਹਨਾਂ ਨੇ, ਤਿੰਨ ਨਾਕੇ ਲੱਗੇ ਹੋਏ ਸੀ, ਪੁਲਿਸ ਨੇ ਉਹਨਾਂ ਨੂੰ ਕੋਈ ਤਲਾਸ਼ੀ ਨਹੀਂ ਕਿਤੇ ਲਿੱਤੀ। ਇੱਥੇ ਆ ਕੇ ਟਾਇਰ ਭੰਨਿਆ ਗੱਡੀ ਦੇ, ਉੱਥੇ ਆ ਕੇ ਗੱਡੀ ਰੁਕੀ ਜੀ, ਬਾ ਮਿੰਟ ਸਾਰੇ ਉਹਨਾਂ ਨੇ ਦੋ ਹੀ ਲਾਏ, ਅੰਨੇ ਵਾ ਫਾਇਰਿੰਗ ਹੋਈ ਹੈ ਦੋ ਮਿੰਟਾਂ 'ਚ ਜੀ, ਉੱਥੋਂ ਸਾਰੇ ਬਰੈਸਟ ਉੱਥੋਂ ਹੀ ਛੱਡੇ ਹੋਏ ਆ ਇੱਧਰ। ਹਾਂਜੀ, ਲੱਗਦਾ ਕਿ ਵੀ ਜਿਹੜਾ ਇੰਨਾ ਵੱਡਾ ਘਾਟਾ ਜਿਹੜਾ ਪਿਆ ਹੈ ਉਹ ਕਦੇ ਨਹੀਂ ਪੂਰਾ ਹੋ ਸਕਦਾ ਹੁਣ। ਹਾਂਜੀ ਹਾਂ, ਇਹ ਤਾਂ ਉਹ ਇੱਕ ਸਾਧ ਬੰਦਾ ਸੀ ਅਤੇ ਮਾਨਸਾ ਜਿਹਨੂੰ, ਮਾਨਸਾ ਜ਼ਿਲ੍ਹੇ ਦਾ ਵੀ ਪੂਰਾ ਉਹ ਘਾਟਾ ਹੀ ਹੈ, ਅਬਲੀ ਦਾ ਪੂਰੇ ਪੰਜਾਬ ਨੂੰ ਹੀ ਘਾਟਾ ਪਿਆ ਜਾਣ ਪਿੱਛੇ। ਕੱਲ੍ਹ ਨੂੰ ਬਹੁਤ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਨੇ ਇੱਥੇ, ਤਾਂ ਲੋਕਾਂ ਲਈ ਕੀ ਮੈਸੇਜ ਹੈ, ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ? ਅਸੀਂ ਇਹੀ ਕਹਿੰਦੇ ਵੀ ਵੱਧ ਤੋਂ ਵੱਧ ਪਹੁੰਚੋ, ਅਤੇ ਇੱਥੇ ਅਸੀਂ ਇੱਥੇ ਤਾਂ ਮੈਂ ਕੱਲ੍ਹ ਨੂੰ ਆਪਦੇ ਵੱਲੋਂ ਪ੍ਰਬੰਧ ਕਰਦਾ ਚਾਹ ਪਾਣੀ ਦਾ ਸੰਗਤ ਵਾਸਤੇ, ਅਤੇ ਉੱਧਰ ਵੀ ਅਸੀਂ ਕਰ ਰਹੇ ਹਾਂ ਜੀ ਚਾਹ ਪਾਣੀ ਦਾ ਸਾਰਾ ਬਾਹਰੋਂ ਸੰਗਤ ਵਾਸਤੇ। ਹਾਂਜੀ, ਤਾਂ ਬਿਲਕੁਲ ਇੱਕ ਵਾਰ ਮੁੜ ਤੋਂ ਤਸਵੀਰ ਤੁਹਾਨੂੰ ਦਿਖਾ ਦਿੰਦੇ ਹਾਂ, ਜਿੱਥੇ ਕਿ ਉੱਥੋਂ ਜਿਹੜੀ ਗੋਲੀਆਂ ਚੱਲੀਆਂ ਸੀ ਉਹਨਾਂ ਦੇ ਬ੍ਰਸ਼ ਇਤਨੀ ਦੂਰ ਤੱਕ ਪਹੁੰਚੇ ਸੀਗੇ, ਇਸ ਜਗ੍ਹਾ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ, ਜੋ ਕਿ ਮੰਦਿਰ ਦੀ ਦੀਵਾਰ ਹੈ ਅਤੇ ਇਹ ਜਗ੍ਹਾ ਜਿਹੜੀ ਹੈਗੀ ਹੈ, ਇਹ ਜਗ੍ਹਾ ਇਸ ਪਰਿਵਾਰ ਨੇ ਦਾਨ ਵਿੱਚ ਦਿੱਤੀ ਹੈ, ਜਿਸ ਦੀ ਕੀਮਤ ਕਰੀਬ 7 ਲੱਖ ਰੁਪਏ ਦੱਸੀ ਜਾ ਰਹੀ ਹੈ। ਤਾਂ ਫਿਲਹਾਲ ਵੇਖਦੇ ਹਾਂ ਕੱਲ੍ਹ ਦਾ ਪ੍ਰੋਗਰਾਮ ਕਿਸ ਤਰੀਕੇ ਦਾ ਰਹਿਣ ਵਾਲਾ ਹੈ। ਮਾਨਸਾ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।